ਬੀਤੇ ਦਿਨ ਇੱਕ 11ਵੀਂ ਕਲਾਸ ਦੇ ਵਿਦਿਆਰਥੀ ਦੀ ਨਹਿਰ ਦੇ ਵਿੱਚੋਂ ਲਾਸ਼ ਮਿਲੀ ਸੀ ਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਉਸਦੇ ਦੋਸਤਾਂ ਨੇ ਹੀ ਉਹਨਾਂ ਦੇ ਪੁੱਤ ਦਾ ਕਤਲ ਕੀਤਾ ਤੇ ਹੁਣ ਪੁਲਿਸ ਨੇ ਆਪਣੀ ਕਾਰਵਾਈ ਕਰਦੇ ਹੋਏ 3 ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਦੇ ਵਿੱਚੋਂ ਇੱਕ ਨਾਬਾਲਗ ਹੈ। ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਨੌਜਵਾਨ ਤੇ ਇਨ੍ਹਾਂ ਕਾਤਲਾਂ ਨੇ ਇਹ ਇਲਜ਼ਾਮ ਲਗਾਏ ਨੇ ਕਿ ਉਹ ਉਹਨਾਂ ਦੀ ਭੈਣ ਤੇ ਗਲਤ ਨਜ਼ਰ ਰੱਖਦਾ ਸੀ, ਜਿਸ ਦੇ ਚੱਲਦੇ 11ਵੀਂ ਕਲਾਸ ਦੇ ਵਿਦਿਆਰਥੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਉਸ ਦੀ ਲਾਸ਼ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਸੀ। ਇਹ ਮਾਮਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਥਾਂਦੇਵਾਲ ਤੋਂ ਸਾਹਮਣੇ ਆਇਆ, ਜਿੱਥੇ 11ਵੀਂ ਕਲਾਸ ਦੇ ਵਿਦਿਆਰਥੀ ਮੰਗਤ ਸਿੰਘ ਦੀ ਕਤਲ ਦੀ ਗੁੱਥੀ ਨੂੰ ਹੁਣ ਪੁਲਿਸ ਨੇ ਪੂਰੀ ਤਰ੍ਹਾਂ ਸੁਲਝਾ ਲਿਆ ਤੇ 3 ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕੀਤਾ। ਇਸ ਸੰਬੰਧੀ SSP ਤੁਸ਼ਾਰ ਗੁਪਤਾ ਨੇ ਜਾਣਕਾਰੀ ਦਿੱਤੀ ਹੈ। ਪੁਲਿਸ ਮੁਖੀ ਨੇ ਦੱਸਿਆ ਕਿ ਮੁੱਢਲੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਨਾਬਾਲਗ ਨੂੰ ਇਹ ਕਥਿਤ ਤੌਰ ਤੇ ਸ਼ੱਕ ਸੀ ਕਿ ਮ੍ਰਿਤਕ ਮੰਗਤ ਸਿੰਘ ਉਸਦੀ ਭੈਣ ਤੇ ਮਾੜੀ ਅੱਖ ਰੱਖਦਾ, ਜਿਸ ਕਾਰਨ ਉਸਨੇ ਆਪਣੇ ਹੋਰ ਦੋਸਤਾਂ ਦੇ ਨਾਲ ਮਿਲ ਕੇ ਮੰਗਤ ਦੇ ਸਿਰ ਤੇ ਰਾੜ ਮਾਰੀ ਅਤੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਮਾਮਲੇ ਦੇ ਵਿੱਚ ਨਾਬਾਲਗ ਤੋਂ ਇਲਾਵਾ ਪੁਲਿਸ ਨੇ 2 ਹੋਰ ਦਲੀਪ ਸਿੰਘ ਉਰਫ ਦੀਪੂ ਅਤੇ ਜਗਨਾਮ ਸਿੰਘ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੰਗਤ ਨੂੰ ਮਾਰਨ ਲਈ ਵਰਤੀ ਗਈ ਲੋਹੇ ਦੀ ਰੋਡ, ਜਿਸ ਦੇ ਅੱਗੇ ਸਾਈਕਲ ਦੀ ਚੇਨ ਦੀ ਗਰਾਰੀ ਲੱਗੀ ਹੋਈ ਸੀ, ਉਸਨੂੰ ਵੀ ਪੁਲਿਸ ਨੇ ਬਰਾਮਦ ਕਰ ਲਿਆ। ਸਾਡੀ ਜੋ ਮੁਕਤਸਰ ਸਾਹਿਬ ਦੀ ਪੁਲਿਸ ਹੈਗੀ, ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਮੰਗਤ ਸਿੰਘ ਨਾਮ ਦਾ ਜੋ ਲੜਕਾ ਹੈਗਾ 19 ਸਾਲਾਂ ਦਾ, ਉਹ ਮਿਸਿੰਗ ਹੈਗਾ। ਤੇ ਪੈਰਲਲੀ ਇਹਦੇ ਨਾਲ ਹੀ ਸਾਨੂੰ ਇੱਕ ਹੋਰ ਇਨਫੋਰਮੇਸ਼ਨ ਮਿਲੀ ਸੀ ਕਿ ਨਹਿਰ ਦੇ ਨਾਲ ਇੱਕ ਜਗ੍ਹਾ ਹੈਗੀ ਜਿੱਥੇ ਖੂਨ ਦੇ ਕਾਫੀ ਧੱਬੇ ਪਏ ਹੈ ਤੇ ਉੱਥੇ ਡਰੈਗ ਮਾਰਕਸ ਹੈਗੇ। ਇਸ ਚੀਜ਼ ਨੂੰ ਦੇਖਦੇ ਹੋਏ ਤੇ ਕਨੈਕਟ ਕਰਦੇ ਹੋਏ ਜੋ ਸਾਡੇ SHO ਹੈਗੇ, ਉਹਨਾਂ ਨੇ ਲਿੰਕ ਕੀਤਾ ਕਿ ਇਹ ਕੋਈ ਜੋ ਅਨਹੋਨੀ ਘਟਨਾ ਵਾਪਰੀ ਹੋ ਸਕਦੀ। ਨਾਲ ਦੇ ਨਾਲ ਹੀ ਜਿੰਨੇ ਵੀ ਇਹਦੇ ਲਿੰਕ ਸੀਗੇ ਮੰਗਤ ਸਿੰਘ ਦੇ, ਜੋ ਡਿਸੀਜ਼ ਹੈਗੇ, ਇਹਦੇ ਫੋਨ 'ਚੋਂ CDR ਵਰਕਆਊਟ ਕੀਤੀ ਗਈ ਅਤੇ ਨਾਲ ਹੀ ਜਿੰਨੇ ਦੇ ਐਸੋਸੀਏਟ ਸੀਗੇ ਉਹ ਕਾਬੂ ਕੀਤੇ ਗਏ। ਅਤੇ ਜੋ ਤਫਤੀਸ਼ ਹੋਈ, ਤਫਤੀਸ਼ ਤੋਂ ਇਹ ਪਤਾ ਲੱਗਿਆ ਕਿ 3 ਮੁੰਡੇ ਹੈਗੇ, ਉਹਨਾਂ 'ਚੋਂ ਇੱਕ ਜੁਵੇਨਾਈਲ ਹੈਗਾ ਅਤੇ ਅਸੀਂ ਉਹਦਾ ਨਾਮ ਨਹੀਂ ਦੱਸ ਸਕਦੇ ਤੁਹਾਨੂੰ, ਬਾਕੀ ਦੂਜਾ ਦਲੀਪ ਅਤੇ ਤੀਜਾ ਜਗਨਾਮ। ਜੋ ਇਹ 3 ਮੁੰਡੇ ਹੈਗੇ, ਇਹਨਾਂ ਨੇ ਮੰਗਤ ਦਾ ਮਰਡਰ ਕਰਕੇ ਉਹਦੀ ਬੋਡੀ ਨੂੰ ਨਹਿਰ ਵਿੱਚ ਸੁੱਟ ਦਿੱਤਾ। ਇਹਨਾਂ ਦੀ ਪਰਸਨਲ ਰੰਜਿਸ਼ ਸੀਗੀ ਇਹਦੇ ਨਾਲ ਸੀਗੇ, ਤਾਂ ਉਹਦੇ ਦੋਸਤ ਹੀ ਉਹਨੂੰ ਸ਼ਰਾਬ ਪਿਲਾਉਣ ਦੇ ਬਹਾਨੇ ਨਾਲ ਲੈ ਗਏ ਉੱਥੇ, ਅਤੇ ਉੱਥੋਂ ਜਦੋਂ ਸ਼ਰਾਬ ਪਿਲਾ ਦੀ, ਉਸ ਤੋਂ ਬਾਅਦ ਕਾਫੀ ਵਾਰ ਕਰਕੇ ਉਹਦਾ ਬੜੀ ਬੇਰਹਿਮੀ ਨਾਲ ਮਰਡਰ ਕੀਤਾ ਗਿਆ। ਅਤੇ ਉਹਦੀ ਜੋ ਬੋਡੀ ਨੂੰ ਅਤੇ ਐਵੀਡੈਂਸ ਨੂੰ ਮਿਟਾਉਣ ਲਈ ਉਹਦੀ ਬੋਡੀ ਨਹਿਰ ਵਿੱਚ ਸੁੱਟ ਦਿੱਤੀ ਗਈ। ਅਤੇ ਇਸ ਚੀਜ਼ ਨੂੰ ਲਿੰਕ ਕਰਦੇ ਹੋਏ ਅਸੀਂ ਮੰਗਤ ਸਿੰਘ ਦੇ ਜਿੰਨੇ 3 ਹਥਿਆਰੇ ਹੈਗੇ ਇਹਨਾਂ ਨੂੰ ਕਾਬੂ ਕੀਤਾ ਅਤੇ ਇਹਨਾਂ ਦੀ ਅਰੈਸਟ ਪਾਈ ਅਤੇ ਨਾਲ ਮੰਗਤ ਦੀ ਬੋਡੀ ਵੀ ਰਿਕਵਰ ਕਰ ਲਈ। ਅਤੇ ਤਫਤੀਸ਼ ਚੱਲ ਰਹੀ ਹੈ ਅਤੇ ਐਵੀਡੈਂਸ ਇਕੱਠਾ ਹੋ ਰਿਹਾ, ਇਹਨੂੰ ਪ੍ਰੋਫੈਸ਼ਨਲੀ ਇਹਦੀ ਇਨਵੈਸਟੀਗੇਸ਼ਨ ਕਰਕੇ ਅਸੀਂ ਇਨਸ਼ੋਰ ਕਰਾਂਗੇ ਕਿ ਜੋ 3 ਮੁੰਡੇ ਹੈਗੇ ਇਹਨਾਂ ਨੂੰ ਸਜ਼ਾ ਮਿਲੇ। ਸਰ ਕਿੰਨੀ ਉਮਰ ਸੀ ਇਹਨਾਂ ਦੀ, ਕਿੱਥੋਂ ਦੇ ਰਹਿਣ ਵਾਲੇ ਜਿਹੜੇ? ਇਹ ਜੋ ਮੁੰਡੇ ਹੈਗੇ ਜੀ 17 ਸਾਲ, 18 ਸਾਲ, 19 ਸਾਲ ਦੇ ਯੰਗ ਮੁੰਡੇ ਸੀਗੇ। ਅਤੇ ਈਵਨ ਜੋ ਮੰਗਤ ਸਿੰਘ ਜੋ ਡਿਸੀਜ਼ ਹੈਗਾ ਉਹ ਵੀ 19 ਸਾਲ ਦਾ ਸੀਗਾ ਤੇ ਥਾਂਦੇਵਾਲ ਪਿੰਡ ਦੇ ਹੈ। ਕਾਰਨ ਇਹ ਸੀਗਾ ਇਹਨਾਂ ਦਾ ਕਿ ਇਹਨਾਂ ਨੂੰ ਸ਼ੱਕ ਸੀਗਾ ਕਿ ਕਿਸੇ ਇੱਕ ਦੀ ਬਹਿਣ ਦੇ ਨਾਲ ਮੰਗਤ ਦੇ ਰਿਲੇਸ਼ਨ ਸੀਗੇ, ਇਸ ਕਰਕੇ ਇਹਨਾਂ ਨੇ ਮੰਦੇ ਵਿੱਚ ਰੰਜਿਸ਼ ਰੱਖੀ ਹੋਈ ਸੀ ਤੇ ਪਲੈਨਿੰਗ ਕਰਕੇ ਉਹਦਾ ਮਰਡਰ ਕੀਤਾ। ਵੈਪਨ ਬਰਾਮਦ ਸਾਡੀ ਜੋ ਟੀਮ ਹੈ ਉਹ ਲੱਗੀ ਹੋਈ ਹੈ ਤੇ ਇਹਨਾਂ ਨੇ ਗਰਾਰੀ ਨਾਲ ਉਹਨੂੰ ਰੋਡ ਤੇ ਲਾ ਕੇ ਉਹਦੇ ਨਾਲ ਇਹਦੇ ਤੇ ਹਮਲਾ ਕੀਤਾ ਸੀ।
ਤੇ ਉਹਦੇ ਨਾਲ ਉਹਦੀ ਡੈਥ ਹੋਈ। ਸਰ ਜਿਹੜੀ ਲਾਸ਼ ਬਰਾਮਦ ਹੋਈ ਹੈ ਕਿੱਥੋਂ ਬਰਾਮਦ ਹੋਈ ਹੈ? ਲਾਸ਼ ਇਹਦੀ ਬਰਾਮਦ ਹੋਈ ਲੰਬੀ ਦੇ ਨੇੜੇ। ਸਰ ਮੋਟਰਸਾਈਕਲ ਵੀ ਸੀ ਮਰਨ ਵਾਲੇ ਕੋਲ, ਉਹਦਾ ਕੁਝ? ਮੋਟਰਸਾਈਕਲ ਦੀ ਬਹਾਲ ਜਾਰੀ ਹੈ ਤੇ ਉਹ ਵੀ ਨਹਿਰ ਚੋਂ ਕੱਢਿਆ ਜਾਏਗਾ। ਸਰ ਕਿਸੇ ਹੋਰ ਜਿਹੜੇ ਦੋਸ਼ੀ ਹੈ ਉਹਨਾਂ ਦੇ ਕਿਸੇ ਪਰਿਵਾਰਕ ਮੈਂਬਰ ਦੀ ਸ਼ਮੂਲੀਅਤ ਹੁਣ ਤੱਕ ਸਾਹਮਣੇ ਨਹੀਂ? ਇਹਨਾਂ ਦੇ ਕਿਸੇ ਪਰਿਵਾਰਕ ਮੈਂਬਰ ਦੀ ਸ਼ਮੂਲੀਅਤ ਸਾਹਮਣੇ ਨਹੀਂ ਹੈ ਤੇ ਇਹਦੇ ਨਾਲ ਮੈਂ ਇਹੀ ਦੱਸਣਾ ਚਾਹੁੰਦਾ ਕਿ ਸਾਡੀ ਜੋ ਮੁਕਤਸਰ ਸਾਹਿਬ ਦੀ ਪੁਲਿਸ ਹੈਗੀ, ਇਹਨਾਂ ਨੇ ਬੜਾ ਪ੍ਰੋਫੈਸ਼ਨਲੀ ਇਹਨੂੰ ਵਰਕਆਊਟ ਕਰਕੇ ਬਹੁਤ ਛੇਤੀ ਇਸ ਕੇਸ ਨੂੰ ਸੁਲਝਾਇਆ, ਜਿਸਦੇ ਪਹਿਲੇ, ਕਿਉਂਕਿ ਜੇਕਰ ਸਾਨੂੰ ਬੋਡੀ ਪਹਿਲੇ ਮਿਲ ਜਾਂਦੀ, ਇਹਨਾਂ ਦੇ ਤਿੰਨੋਂ ਲੜਕਿਆਂ ਦਾ ਪਲਾਨ ਸੀਗਾ ਭੱਜਣ ਦਾ ਇੱਥੋਂ, ਤੇ ਉਹਨਾਂ ਨੂੰ ਭੱਜਣ ਦਾ ਮੌਕਾ ਮਿਲਿਆ ਨਹੀਂ, ਉਸ ਤੋਂ ਪਹਿਲੇ ਇਹਨਾਂ ਨੂੰ ਫੜ ਲਿਆ ਗਿਆ। ਇਹ ਪ੍ਰੈਜੈਂਸ ਆਫ ਮਾਈਂਡ ਸੀਗੀ ਜੀ, ਅਸੀਂ ਜੋ ਸਾਨੂੰ ਇੱਕ ਪ੍ਰੋਬੇਬਿਲਿਟੀ ਸੀਗੀ ਕਿ ਸਾਨੂੰ ਇੱਕ ਬਲੱਡ ਸਪੋਟਸ ਮਿਲੇ ਇੱਕ ਜਗ੍ਹਾ ਤੇ, ਤੇ ਦੂਜੀ ਸਾਈਡ ਇੱਕ ਮੁੰਡਾ ਮਿਸਿੰਗ ਹੈਗਾ, ਤੇ ਦੇਰ ਵਾਜ਼ ਅ ਪੋਸੀਬਿਲਿਟੀ ਕਿ ਕਨੈਕਸ਼ਨ ਹੋ ਸਕਦੀ ਹੈ, ਅਸੀਂ ਅਸਿਊਮ ਕੀਤਾ ਕਿ ਹੈਗੀ, ਤੇ ਅਸੀਂ ਫਿਰ ਉਹਨੂੰ ਵਰਕਆਊਟ ਕੀਤਾ ਤੇ ਉਹਦੇ ਤੋਂ ਕੇਸ ਸੋਲਵ ਕੀਤਾ। ਗ੍ਰਿਫਤਾਰੀ ਸਾਰਿਆਂ ਦੀ ਹੋ ਗਈ? ਸਾਰਿਆਂ ਦੀ ਗ੍ਰਿਫਤਾਰੀ ਹੋ ਗਈ। ਸਰ ਮੈਂ ਕਰਨ ਦੇ ਲਈ ਇਹਦਾ ਕੁਝ 7-8 ਲੜਕੇ ਜਿਹੜੇ ਨਹੀਂ ਫੈਮਿਲੀ 7-8 ਲੜਕੇ ਨਹੀਂ ਹੈਗੇ, ਲੜਕੇ ਕਲੀਅਰ ਹੋ ਚੁੱਕੇ ਹੈ ਸਾਰੇ ਸਾਡੇ ਕੋਲ ਹੈਗੇ, ਸਾਰੇ ਦੀ ਜੋ ਇੰਟਰਵਿਊ ਤੇ ਇੰਟਰੋਗੇਸ਼ਨ ਹੈਗੀ ਉਹ ਕਲੀਅਰ ਕਰ ਲਈ ਜਾ। ਕਿੰਨੇ ਲੜਕਿਆਂ ਤੇ ਹੁਣ ਮਾਮਲਾ ਦਰਜ ਕੀਤਾ? ਤਿੰਨ ਲੜਕਿਆਂ ਤੇ ਮਾਮਲਾ ਦਰਜ। ਕਾਰਨ ਕੀ ਰਿਹਾ? ਕਾਰਨ ਇਹੀ ਸੀਗਾ, ਮੈਂ ਹੁਣੇ ਦੱਸਿਆ ਤੁਹਾਨੂੰ, ਕਾਰਨ ਇਹ ਸੀ ਉਹਨੇ ਮਨ ਦੇ ਵਿੱਚ ਰੰਜਿਸ਼ ਰੱਖੀ ਸੀ ਕਿ ਉਹਨੂੰ ਇਹ ਸ਼ੱਕ ਸੀਗਾ ਕਿ ਜੋ ਮਰਨ ਵਾਲਾ ਹੈਗਾ ਉਹਦੀ ਮੇਰੀ ਭੈਣ ਦੇ ਨਾਲ ਰਿਲੇਸ਼ਨ ਹੈਗੇ। ਨਹੀਂ, ਪਹਿਲੇ ਹਾਲੇ ਤੱਕ ਤਫਤੀਸ਼ ਜੋ ਹੋਈ ਹੈ ਇਹ ਗੱਲ ਕੋਈ ਸਾਹਮਣੇ ਨਹੀਂ ਆਈ ਕਿ ਪੁਰਾਣੀ ਲੜਾਈ।